ਸਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਮੈਂ ਹਿੰਦੀ ਇਲੈਕਟਿਵ ਦੇ ਜਿਹੜੇ ਕੀ ਸਟਰਕਚਰ ਪੇਪਰ ਦਾ ਤੇ ਨਾਲ ਦੀ ਨਾਲ ਜੋ ਪੀਐਸਵੀ 사이ਟ ਤੇ ਜਿਹੜਾ ਕੀ ਪ੍ਰੀ ਬੋਰਡ ਟਾਈਮ ਦਾ ਜੋ ਸੈਂਪਲ ਪੇਪਰ ਅਪਲੋਡ ਕੀਤਾ ਹੋਇਆ ਤੇ ਉਹ ਮਾਡਲ ਟੈਸਟ ਪੇਪਰ ਤੇ ਨਾਲ ਦੀ ਨਾਲ ਕੁਝ ਆਪਾਂ ਡਿਸਕਸ ਕਰਾਂਗੇ ਕਿ ਤੁਸੀਂ ਆਪਣੇ ਐਗਜ਼ਾਮ ਦੀ ਕਿਵੇਂ ਤਿਆਰੀ ਕਰਨੀ ਆ ਕਿ ਤੁਸੀਂ ਕਿਵੇਂ ਆਪਣੀ ਜਿਹੜੀ ਕਿ ਸਟੱਡੀ ਕਰਨੀ ਆ ਸੋ ਸੌਰੀ ਫਰਸਟ ਆਫ ਆਲ ਤਾਂ ਏ ਵੈਰੀ ਸੌਰੀ ਕਿ ਕੋਈ ਮਟੀਰੀਅਲ ਨਹੀਂ ਹੈ ਜਿਹੜੇ ਕਿ ਹਿੰਦੀ ਔਰ ਇੰਗਲਿਸ਼ ਲਿਟਰੇਚਰ ਦਾ ਮੇਰੇ ਕੋਲ ਤੇ ਵੈਰੀ ਵੈਰੀ ਸੌਰੀ ਕਿਉਂਕਿ ਅਗਰ ਮੇਰੇ ਕੋਲ ਮਟੀਰੀਅਲ ਹੁੰਦਾ ਤਾਂ ਡੈਫੀਨੇਟਲੀ ਕਿਵੇਂ ਵੀਡੀਓਜ਼ ਤੁਹਾਡੇ ਲਈ ਜਰੂਰ ਬਣਾਉਂਦੀ ਤਾਂ ਮਟੀਰੀਅਲ ਨਾ ਹੋਣ ਕਰਕੇ ਜਿਹੜੀ ਕਿ ਮੈਂ ਵੀਡੀਓਜ਼ ਨਹੀਂ ਬਣਾ ਪਾਈ ਸੋ ਆਪਾਂ ਪਹਿਲਾਂ ਤਾਂ ਜਿਹੜਾ ਕਿ 5 ਮਾਰਕਸ ਜਿਵੇਂ ਪੰਜਾਬੀ ਦੇ ਵਿੱਚ ਸੀ ਪੰਜਾਬੀ ਲਾਜ਼ਮੀ ਦੇ ਵਿੱਚ ਸੇਮ ਹੋਮੀ ਤੁਹਾਡੀ ਹੈਂਡਰਾਇਟਿੰਗ ਦੇ 5 ਮਾਰਕਸ ਨੇ ਸੋ ਦੈਨ ਉਸ ਤੋਂ ਬਾਅਦ ਜਿਵੇਂ ਸਭ ਤੋਂ ਪਹਿਲਾਂ ਨੀਚੇ ਤੁਹਾਡਾ ਜਿਹੜਾ ਕਿ ਲੇਖ ਹੈ ਨਿਵੰਧ ਠੀਕ ਹੈ ਇਸ ਦੇ ਵਿੱਚ ਪੰਜ ਤੇ ਇੱਕ ਉਪਸਹਾਰ ਹੁੰਦਾ ਸਿੱਟਾ ਜੋ ਆਪਾਂ ਸਿੱਟਾ ਕੱਢਦੇ ਹੁੰਦੇ ਆ ਤੇ ਇੱਕ ਉਹਦੀ ਭੂਮਿਕਾ ਜਿਵੇਂ ਆਪਾਂ 10th ਵਗੈਰਾ ਚ ਲੇਖ ਲਿਖਦੇ ਹੁੰਦੇ ਆ 8th ਚ ਲਿਖਦੇ ਹੁੰਦੇ ਆ ਹਨਾ ਸੇਮ ਹੋਮੀ ਆ ਤਾਂ ਇਹ ਤੁਹਾਡਾ 7 ਅੰਕਾਂ ਦਾ ਠੀਕ ਹੈ ਇੱਥੋਂ ਤੁਸੀਂ ਰਿਲੈਕਸ ਹੋ ਕਿ ਇਹ ਤੁਹਾਡਾ 7 ਮਾਰਕਸ ਦਾ ਸੋ ਇਹਦੇ ਵਿੱਚ ਤੁਹਾਨੂੰ 4 ਆਣਗੇ 4 ਆਣਗੇ ਜਿਵੇਂ ਆਮ ਜੇ ਆਪਾਂ ਨੂੰ ਪਤਾ ਹੀ ਹੁੰਦਾ ਕਿ ਕਿਹੜੇ ਕਿਹੜੇ ਨਿਵੰਦ ਆ ਜਿਹੜੇ ਕਿ ਇੰਪੋਰਟੈਂਟ ਨੇ ਹਨਾ ਸੋ ਤੁਸੀਂ ਉਹ ਆਪਣੇ ਬਾਕੀ ਤੁਹਾਡੇ ਸਿਲੇਬਸ ਦੇ ਵਿੱਚ ਹੋਣਗੇ ਠੀਕ ਹੈ ਸੋ ਮੈਂ ਨਿਵੰਦ ਦੇਖਣ ਦੀ ਵੀ ਜਿਹੜੀ ਕਿ ਕੋਸ਼ਿਸ਼ ਕੀਤੀ ਸੀ ਸਿਲੇਬਸ ਦੇ ਵਿੱਚ ਬਟ ਉੱਥੇ ਮੈਂਸ਼ਨ ਨਹੀਂ ਕੀਤਾ ਹੋਇਆ ਕਿ ਕਿਹੜੇ ਨੇ ਜਿਵੇਂ ਆਪਾਂ 10th ਵਗੈਰਾ ਚ ਕਰਦੇ ਹੁੰਦੇ ਹੁਣ ਜਿਹੜੇ ਕਿ ਹਨਾ ਜਿਵੇਂ ਆਪਾਂ ਕਰ ਲੈਣੇ ਹੁੰਦੇ ਹੁਣ ਕਿ ਗੁਰੂਆਂ ਗੁਰਮੁਖ ਵਾਲੇ ਦੇ ਵਿੱਚੋਂ ਕਰ ਲੈਣੇ ਹੁੰਦੇ ਆ ਤੇ ਇੱਕ ਜਿਹੜਿਆਂ ਨ ਸਮੱਸਿਆਵਾਂ ਹੁੰਦੇ ਨੇ ਜਿਵੇਂ ਪ੍ਰਦੂਸ਼ਣ ਇਹ ਸਮੱਸਿਆ ਹੋਗੀ ਠੀਕ ਹੈ ਤੇ ਦੇਹਜ ਪ੍ਰਥਾ ਹੋਗੀ ਜਿਹੜੀਆਂ ਸਮੱਸਿਆਵਾਂ ਨੇ ਇੱਕ ਪਾਉਣਾ ਦੇ ਵਿੱਚੋਂ ਕਰ ਲੈਣੇ ਹੋਣੇ ਇੱਕ ਗੁਰੂਆਂ ਵਾਲੇ ਚ ਕਰ ਲੈਣੇ ਹੋਣੇ ਆ ਜਿਵੇਂ ਇੱਕ ਮੇਲਿਆਂ ਦੇ ਤਿਹਾਰਾਂ ਦੇ ਵਿੱਚੋਂ ਕਰ ਲੈਣੇ ਹੋਣੇ ਹਨ ਐਵੇਂ ਤੁਸੀਂ ਕੋਈ ਵੀ ਜਿਹੜੇ ਕਿ ਐਸੇ ਤੁਸੀਂ ਆਪਣਾ ਪ੍ਰਪੇਅਰ ਕਰ ਲਓ ਜਿਹੜਾ ਕਿ 7 ਮਾਰਕਸ ਦਾ ਸੋ ਇੱਥੇ ਵੀ ਜਿਹੜੇ ਕਿ ਮੈਂਸ਼ਨ ਨਹੀਂ ਕੀਤਾ ਹੋਇਆ ਹੈਗਾ ਸਿਲੇਬਸ ਦੇ ਵਿੱਚ ਵੀ ਨਹੀਂ ਮੈਂਸ਼ਨ ਕੀਤਾ ਹੋਇਆ ਕਿ ਕਿਵੇਂ ਆ ਠੀਕ ਹੈ ਤੇ ਬਾਕੀ ਜਿਵੇਂ ਸ਼ੰਦ ਨੇ ਜਿਹੜੇ ਕਿ ਇਹ ਤੁਹਾਨੂੰ ਦੋ ਦੋ ਆਉਣਗੇ ਸ਼ੰਦ ਤੇ ਅਲੰਕਾਰ ਦੋ ਦੋ ਆਉਣਗੇ ਜਿਵੇਂ ਤੁਹਾਡੇ ਇੱਥੇ ਦਿੱਤੇ ਹੋਏ ਨੇ ਸ਼ਾਂਦੀਕ ਦੋਹਾ ਸੋਰਠਾ ਸਵਈਆ ਕਵਿੱਤ ਤੇ ਚਉਪਈ ਭਾਵ ਕੀ ਪੰਜ ਨੇ ਪੰਜ ਦੇ ਵਿੱਚੋਂ ਤੁਹਾਨੂੰ ਦੋ ਇਗਜ਼ਾਮ ਦੇ ਵਿੱਚ ਆਉਣਗੇ ਸੋ ਤੁਸੀਂ ਇਹਨਾਂ ਦੇ ਵਿੱਚੋਂ ਤਿੰਨ ਤਿੰਨ ਕਰ ਸਕਦੇ ਹੋ ਠੀਕ ਹੈ ਤਿੰਨ ਤਿੰਨ ਚਾਰ ਚਾਰ ਕਰ ਸਕਦੇ ਹੋ ਅਨਸ਼ੋਰਟੀ ਦੇ ਨਾਲ ਚਾਰ ਚਾਰ ਕਰ ਸਕਦੇ ਕੀ ਕਿ ਛੱਡ ਸਕਦੇ ਤੁਸੀਂ ਠੀਕ ਹੈ ਇੱਕ ਇੱਕ ਛੱਡ ਸਕਦੇ ਹੋ ਚਾਰ ਚਾਰ ਕਰ ਸਕਦੇ ਹੋ ਕਿਉਂਕਿ ਇੱਥੇ ਹੁਣ ਤੁਸੀਂ ਦੋ ਸਕਿਪ ਨਹੀਂ ਕਰ ਸਕਦੇ ਬਾਏ ਚਾਂਸ ਤੁਸੀਂ ਜਿਹੜੇ ਦੋ ਸਕਿਪ ਕਰੋ ਉਹਨਾਂ ਦੇ ਵਿੱਚ ਐਗਜ਼ਾਮ ਚ ਆ ਸਕਦਾ ਸੋ ਤੁਸੀਂ ਇੱਕ ਇੱਕ ਛੱਡ ਕੇ ਤੁਸੀਂ ਆਪਣਾ ਜਿਹੜੇ ਕਿ ਪ੍ਰਪੇਅਰ ਕਰ ਸਕਦੇ ਹੋ ਤੇ ਇਹ ਤੁਹਾਨੂੰ 3 ਮਾਰਕਸ ਦਾ ਹੋਊਗਾ ਜਿਹਦੇ ਵਿੱਚ ਉਹਦੇ ਲੱਛਣ ਵੀ ਦੱਸਣੇ ਨੇ ਤੁਸੀਂ ਉਹਦੇ ਉਦਾਹਰਨ ਵੀ ਦੇਣੀਆਂ ਪਰਿਭਾਸ਼ਾ ਵੀ ਦੇਣੀਆਂ ਠੀਕ ਹੈ ਦੈਨ ਉਸ ਤੋਂ ਬਾਅਦ ਜਿਹੜੇ ਕਿ ਸਟਾਰਟਿੰਗ ਦੇ ਵਿੱਚ ਤੁਹਾਨੂੰ ਉਹੀ ਹੋਣਗੇ ਸਟਾਰਟਿੰਗ ਦੇ ਵਿੱਚ ਜਿਹੜੇ ਕਿ ਬਹੁ ਵਿਕਲਪੀ ਪ੍ਰੇਸ਼ਨ ਉਤਰੇ ਹੋਣਗੇ ਬਹੁ ਵਿਕਲਪੀ ਪ੍ਰੇਸ਼ਨ ਉਤਰਨ ਦੇ ਲਈ ਤਾਂ ਮਤਲਬ ਕਿ ਇਹ ਹੁੰਦਾ ਕਿ ਹਰ ਇੱਕ ਦੇ ਵਿੱਚੋਂ ਸਟੱਡੀ ਕੀਤੀ ਜਾਵੇ ਕੋਈ ਵੀ ਪਾਰਟ ਨਾ ਛੱਡਿਆ ਜਾਵੇ ਉਹਨਾਂ ਦਾ ਸ਼ਾਰਟ ਕੁਐਸ਼ਨਸ ਤੇ ਵਸਤੂਨਿਸ਼ਟ ਜਿਹੜੇ ਪ੍ਰਸ਼ਨ ਨੇ ਵਸਤੂਨਿਸ਼ਟ ਜਿਵੇਂ ਦੋ ਛੰਦ ਤੋਂ ਪੁੱਛੇ ਜਾਣਗੇ ਦੋ ਅਲੰਕਾਰਾਂ ਦੇ ਵਿੱਚੋਂ ਦੇਖੋ ਤੁਸੀਂ ਤੇ ਅੰਗਰੇਜ਼ੀ ਦੇ ਜਿਹੜੇ ਪ੍ਰਵਾਚਿਕ ਸ਼ਬਦ ਨੇ ਉਹਨਾਂ ਦੇ ਵਿੱਚੋਂ ਚਾਰ ਪੁੱਛੇ ਜਾਣਗੇ ਤੇ ਨਿਵੰਦ ਕਹਾਣੀ ਇਕਾਂਗੀ ਇਹਨਾਂ ਦੇ ਵਿੱਚੋਂ ਸੱਤ ਪ੍ਰਸ਼ਨ ਹੋਣਗੇ ਠੀਕ ਹੈ ਇਹਨਾਂ ਦੇ ਵਿੱਚੋਂ 7 ਕੁਐਸਚਨ ਹੋਣਗੇ ਭਾਵ ਕਿ ਟੋਟਲ ਇੱਥੇ ਹੋਰ ਜਿਹੜੇ ਅਨੈਵਸਤੂਨ ਇੰਸਟਰਪ੍ਰੇਸ਼ਨ ਹੋਣਗੇ ਉਹ 15 ਮਾਰਕਸ ਦੇ ਹੋਣਗੇ ਬਾਕੀ ਜਿਹੜੇ ਆਹ 3 3 3 3 ਦੇ ਹੋਣਗੇ ਐਵੇਂ ਤੁਸੀਂ ਮੈਂ ਤੁਹਾਨੂੰ ਕੁਐਸਚਨ ਪੇਪਰ ਜਿਹੜਾ ਸੈਂਪਲ ਪੇਪਰ ਮਾਡਲ ਟੈਸਟ ਪੇਪਰ ਉਹ ਦਿਖਾਉਣੀ ਆ ਨਮੂਨਾ ਪ੍ਰਸ਼ਨ ਪੱਤਰ ਦੈਨ ਅੱਗੇ ਜਿਹੜੇ ਕੀ ਸਾਹਿਤ ਦੇ ਵਿੱਚੋਂ ਜਿਵੇਂ ਇਦੇ ਵਿੱਚ ਇਹਦੇ ਵਿੱਚ ਇੱਕ ਤਾਂ ਰੀਤੀ ਕਾਲ ਦੇ ਨਾਲ ਜਿਹੜੇ ਸਬੰਧਿਤ ਪਰਸਥਿਤੀਆਂ ਜਾਂ ਜਿਹੜੇ ਕਿ ਉਹਨਾਂ ਨਾਲ ਸਬੰਧਿਤ ਦੋ નિબંધ ਪੁੱਛੇ ਜਾਣਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਇੱਕ ਦਾ ਉੱਤਰ 80 ਸ਼ਬਦਾਂ ਦੇ ਵਿੱਚ ਲਿਖਣਾ ਹੋਊਗਾ ਐਵੇਂ ਇਹਦੇ ਵਿੱਚੋਂ ਦੋ ਆਉਣਗੇ ਹੁਣ ਅਗਰ ਇਹ ਤੁਹਾਡੇ ਸਿਲੇਬਸ ਦੇ ਵਿੱਚ ਕੋਈ 8-8 ਨੇ ਤਾਂ ਤੁਸੀਂ ਜਿਹੜੇ ਕਿ ਦੋ ਦੋ ਆਉਣਗੇ ਜਿਵੇਂ 6-6 ਕਰ ਸਕਦੇ ਹੋ ਜਾਂ ਤਾਂ ਪਹਿਲੇ 6 ਜਾਂ ਪਿਛਲੇ 6 ਐਵੇਂ ਤੁਸੀਂ ਕਰ ਸਕਦੇ ਹੋ ਤੇ ਪੰਜਾਬੀ ਬਣਾਉਣੀ ਇਹ ਤਾਂ ਐਟ ਅ ਟਾਈਮ ਤੇ ਕੁਝ ਵੀ ਹੋ ਸਕਦਾ ਹਨਾ ਜਿਵੇਂ ਮਰਜ਼ੀ ਆ ਜਵੇ ਤੇ ਵਿਗਿਆਪਨ ਦੇ ਸੂਚਨਾ ਇਹ ਤਾਂ ਜਿਵੇਂ ਆਪਾਂ ਵਿਗਿਆਪਨ ਦੰਨੇ ਹੁੰਨੇ ਜਿਵੇਂ 10th ਦੇ ਵਿੱਚ ਆਪਾਂ ਨੇ ਵਿਗਿਆਪਨ ਐਡਵਰਟਾਈਜ਼ਮੈਂਟ ਜਿਵੇਂ ਆਪਾਂ ਕੋਈ ਵੀ ਚੀਜ਼ ਦੀ ਐਡਵਰਟਾਈਜ਼ਮੈਂਟ ਕਰਦੇ ਹੁੰਨੇ ਆ ਜਿਵੇਂ ਤੁਸੀਂ ਪਲੱਸ 1 ਚ ਵੀ ਕੀਤਾ ਹੋਊਗਾ ਪਲੱਸ 1 ਪੰਜਾਬੀ ਦੇ ਵਿੱਚ ਸੇਮ ਐਜ਼ ਇਟ ਇਜ਼ ਬਸ ਉਹਨੂੰ ਹਿੰਦੀ 'ਚ ਤੁਸੀਂ ਬਣਾ ਲੈਣਾ 10th 'ਚ ਵੀ ਹਿੰਦੀ 'ਚ ਕੀਤਾ ਤੇ ਐਵੇਂ ਸੂਚਨਾ ਸੂਚਨਾ ਆਪਾਂ ਕੋਈ ਵੀ ਜਿਵੇਂ ਅਨਾਉਂਸਮੈਂਟ ਕਰਦੇ ਹੋ ਐਵੇਂ ਸੂਚਨਾ ਦੇਣੀ ਇਹਨਾਂ ਤੋਂ ਪ੍ਰਸ਼ਨ ਪੁੱਛੇ ਜਾਣਗੇ ਫਿਰ ਸ਼ਾਂਤ ਅਲੰਕਾਰ ਦੇ ਵਿੱਚ ਹੋ ਗਿਆ ਤੇ ਐਸਟੀ ਦੇ ਵਿੱਚੋਂ ਹੋ ਗਿਆ ਤੇ ਜਿਵੇਂ ਕਿ ਇਹ ਮਾਡਲ ਟੈਸਟ ਪੇਪਰ ਹੈ ਮਾਡਲ ਟੈਸਟ ਪੇਪਰ ਠੀਕ ਹੈ ਜਿਵੇਂ ਇਹਦੇ ਵਿੱਚ ਪੁੱਛਿਆ ਹੋਏ ਨੇ ਕਿ ਐਵੇਂ ਕੁਐਸਚਨਸ ਤੁਹਾਨੂੰ ਆਉਣਗੇ ਤਾਂ ਤੁਹਾਨੂੰ ਹਿੰਟ ਮਿਲ ਸਕਦਾ ਤੇ ਦੇਖੋ ਐਵੇਂ ਕੁਐਸਚਨਸ ਆਉਣਗੇ ਤੇ ਗ੍ਰਾਮਰ ਪੋਰਸ਼ਨ ਦੇ ਵਿੱਚੋਂ ਵਿਅక్తిਵਾਚਕ ਐਵੇਂ ਮਤਲਬ ਕਿ ਵਿਆਕਰਨ ਦੇ ਵਿੱਚੋਂ ਕੁਐਸ਼ਨਸ ਬਣ ਬਣ ਕੇ ਆਣਗੇ ਠੀਕ ਹੈ ਤੇ ਹੋਰ ਜਿਹੜੇ ਵਸਤੂ ਨਿਸ਼ਟ ਕੁਐਸ਼ਨਸ ਨੇ ਜਿਵੇਂ ਸ਼ੰਦਾਂ ਦੇ ਵਿੱਚੋਂ ਆ ਸਕਦੇ ਨੇ ਸਾਰੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚੋਂ ਅਲੰਕਾਰਾਂ ਦੇ ਵਿੱਚੋਂ ਤੇ ਹਿੰਦੀ ਦਾ ਰੂਪ ਉਹਦਾ ਕੀ ਲਿਖਣਾ ਤੇ ਨੀਵੰਦ ਪਾਪ ਕੀ ਜਿਹੜੇ ਤੁਹਾਡੇ ਸਟੋਰੀਜ਼ ਨੇ ਹੁਣੇ ਵਿੱਚ ਇਕਾਂਗੀ ਕਹਾਣੀ ਤੇ ਜਿਹੜੇ ਤੁਸੀਂ ਚਾਰ ਪ੍ਰਸ਼ਨ ਕਰਨੇ ਨੇ ਇਹ 6 ਆਉਣਗੇ 6 ਆਉਣਗੇ ਜਿਵੇਂ ਇਕਾਂਗੀ ਆ ਤੁਹਾਡੀਆਂ ਜੇ ਚਾਰ ਨੇ ਤੁਸੀਂ ਉਹਦੇ ਵਿੱਚੋਂ ਪਹਿਲੀਆਂ ਦੋ ਕਰ ਲਓ ਜੋ ਪਿਛਲੀਆਂ ਦੋ ਕਰ ਲਓ ਐਵੇਂ ਤੁਸੀਂ ਐਵੇਂ ਡਿਵਾਈਡ ਕਰ ਕਰਕੇ ਜਿਹੜੇ ਕੀ ਕਰ ਸਕਦੇ ਜਿਵੇਂ ਸ਼ੰਦ ਅਲੰਕਾਰ ਆਗੇ ਦੇਖੋ ਜਿਵੇਂ ਇਹਦੇ ਵਿੱਚ ਵਿਦਿਆਰਥੀ ਹੋਰ ਅਨੁਸ਼ਾਸਨ ਮਤਲਬ ਕਿ ਜਿਹੜੇ ਜਿਵੇਂ ਆਪਾਂ ਇੰਪੋਰਟੈਂਟ ਜੇ ਕੁਐਸਚਨ ਜਿਹੜੇ ਕੀ ਕਰਦੇ ਹੁੰਦੇ ਹਨ ਨਿਬੰਧ ਜਿਵੇਂ ਮੈਂ ਤੁਹਾਨੂੰ ਦੱਸੇ ਸੀ ਕਿ ਗੁਰੂਆਂ ਬਾਰੇ ਇੱਕ ਆਪਾਂ ਜਿਹੜੇ ਕਿ ਇੰਪੋਰਟੈਂਟ ਫੇਮਸ ਫੇਮਸ ਪਰਸਨੈਲਿਟੀਜ਼ ਹੁੰਦੀਆਂ ਨੇ ਜਿਵੇਂ ਮਹਾਤਮਾ ਗਾਂਧੀ ਹੋ ਗਏ ਹਨਾ ਸ਼ਹੀਦ ਭਗਤ ਸਿੰਘ ਹੋ ਗਏ ਇਹਨਾਂ ਬਾਰੇ ਕਰ ਲੈਣੇ ਹੁੰਦੇ ਨੇ ਇੱਕ 에ਸੇ ਤੇ ਇੱਕ ਜਿਵੇਂ ਆ ਸਵਸਥ ਔਰ ਵਿਆਮ ਅਨੁਸ਼ਾਸਨ ਵਿਦਿਆਰਥੀ ਔਰ ਅਨੁਸ਼ਾਸਨ ਡਿਸਪਲਿਨ ਵਾਲਾ ਤਾਂ ਆਪਾਂ ਇੰਗਲਿਸ਼ ਚ ਵੀ ਬਹੁਤ ਕਰਦੇ ਹੁੰਨੇ ਆ ਹਿੰਦੀ ਸਾਹਿਤ ਦਾ ਸਵਰਨ ਯੁੱਗ ਇਹ ਤੁਸੀਂ ਐਵੇਂ ਜਿਹੜੇ ਕਿ ਆਪਣੇ 에ਸੇ ਨਿਵੰਧ ਪ੍ਰਿਪੇਅਰ ਕਰ ਸਕਦੇ ਹੋ ਤੇ ਗੁੱਡ ਹੈਂਡਰਾਈਟਿੰਗ ਤੇ ਤੁਹਾਨੂੰ 5 ਮਾਰਕਸ ਨੇ ਥੈਂਕਸ ਤੇ ਵਾਂਸ ਅਗੇਨ ਸੌਰੀ ਫੋਰ 댓 ਕਿ ਕੋਈ ਮਟੀਰੀਅਲ ਨਹੀਂ ਹੈ ਅਗਰ ਜਿਹੜੇ ਕਿ ਬੁਕਸ ਵਗੈਰਾ ਹੁੰਦੀਆਂ ਤਾਂ ਤੁਹਾਨੂੰ ਜ਼ਰੂਰ ਪ੍ਰੋਵਾਈਡ ਕਰਦੇ